स्वागत है तुहाडा मालवा एम बी टी वी दे डैस्क ते। प्रभु यीशु मसीह दा जन्म दिहाड़ा जिथे पूरी दुनिया च धूमधाम नाल मनाया जा रहा है, उत्थे ही भवानीगढ़ दी रंधावा कलोनी विच यह दिहाड़ा बड़ी श्रद्धा ते धूमधाम नाल मनाया गया। इस मौके संदीप कल्याण अते होर भरावां ने जानकारी दिंदिआं दस्सिआ कि प्रभु यीशु मसीह दे जन्म दिहाड़े ते ओह हर साल ही यह समागम करवाउंदे हन अते दुनिया की भलाई लई अरदास करदे हन। उन्हां आखिआ कि उन्हां किसान वीर जो दिल्ली संघर्ष ते बैठे हन उन्हां दी कामना लई अज अरदास भी कीती है। मालवा एम बी टी वी तों गुरविंदर सिंह रोमी दी रिपोर्ट। ਅੱਜ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੈ। ਅੱਜ ਤੋਂ 2000 ਸਾਲ ਪਹਿਲਾਂ ਸਾਡਾ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ, ਮੁਕਤੀ ਦਾਤਾ ਬਣ ਕੇ ਇਸ ਧਰਤੀ ਉੱਤੇ ਆਏ। ਅੱਜ ਦਿਨ ਤਦੀ ਅਸੀਂ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ। ਸਾਡੀ ਟੀਮ, ਸਾਡੇ ਭੈਣ ਭਾਈ ਜਿੰਨੇ ਵੀ ਸਾਡੇ ਨਾਲ ਹੈਗੇ ਆ ਖੜ੍ਹੇ ਆ, ਇਹ ਸਾਡੀ ਸੰਗਤ ਜਿਹੜੀ ਹੈ ਸਭ ਆਪਣੇ ਪੂਰੀ ਖੁਸ਼ੀ ਦੇ ਨਾਲ ਪ੍ਰਭੂ ਦੀ ਆਰਾਧਨਾ ਕਰ ਰਹੀ ਹੈ ਅਤੇ ਪ੍ਰਭੂ ਦੀ ਮਹਿਮਾ ਕਰ ਰਹੀ ਹੈ ਕਿ ਅਸੀਂ ਉਹੀ ਪ੍ਰਾਰਥਨਾ ਕਰ ਰਹੇ ਹਾਂ। ਖਾਸ ਕਰ ਤਾਂ ਅਸੀਂ ਸਾਡੇ ਜਿਹੜੇ ਕਿਸਾਨ ਭਾਈ ਨੇ ਜਿਹੜੇ ਉਹਨਾਂ ਲਈ ਪ੍ਰਾਰਥਨਾ ਕਰ ਰਹੇ ਹਾਂ ਅਤੇ ਕਿ ਖੁਦਾਵੰਦ ਪਰਮੇਸ਼ੁਰ ਉਹਨਾਂ ਦਾ ਜਿਹੜਾ ਹੈ ਜਿਹੜੀ ਮੰਗ ਆ ਉਹ ਪੂਰੀ ਹੋ ਜਾਏ, ਉਹ ਬਿੱਲ ਜਿਹੜੇ ਕੈਂਸਲ ਹੋ ਜਾਣ। ਅਸੀਂ ਉਹਨਾਂ ਵੀਰਾਂ ਦੇ ਨਾਲ ਹਾਂ ਅਤੇ ਉਹਨਾਂ ਲਈ ਪ੍ਰਾਰਥਨਾ ਵੀ ਕਰ ਰਹੇ ਹਾਂ। ਸਾਡੀ ਜਿਹੜੀ ਪੂਰੀ ਟੀਮ, ਸਾਡੀ ਜਿਹੜੀ ਪੂਰੀ ਸੰਗਤ ਸਭ ਜਿੰਨੀ ਆ ਸਾਡੇ ਨਾਲ ਆ, ਜਿਹੜੀ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਨੂੰ ਸਮਰਥਨ ਦਿੰਦੇ ਹਾਂ। ਅਤੇ ਹਰ ਸਾਲ ਦੀ ਤਰ੍ਹਾਂ ਇੱਥੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾ ਰਹੇ ਹਾਂਗੇ ਅਤੇ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕੋਈ ਨਾ ਕੋਈ ਜੋ ਸਮਾਜਿਕ ਕੰਮ ਨੇ ਅਸੀਂ ਕਰ ਸਕੀਏ। ਜਿੱਦਾਂ ਅਸੀਂ ਪਿਛਲੇ ਸਾਲ ਅਸੀਂ ਜੋ ਗਰੀਬ ਬੱਚੇ ਸੀਗੇ ਉਹਨਾਂ ਨੂੰ ਕੋਟੀਆਂ ਸਵੈਟਰ ਬੁੱਕਸ ਵੰਡੀਆਂ ਸੀਗੀਆਂ, ਸੋ ਇਸ ਵਾਰ ਵੀ ਅਸੀਂ ਇਹੀ ਕਰ ਰਹੇ ਹਾਂਗੇ। ਅਤੇ ਬਾਕੀ ਸਾਡੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂਗੇ, ਸਮਝਾਉਂਦੇ ਹਾਂਗੇ ਕਿ ਪੈੜੇ ਰਾਹ ਤੋਂ ਮੁੜਨ ਅਤੇ ਖੁਦਾ ਦੇ ਵੱਲ ਚੱਲਣ ਅਤੇ ਸਮਾਜਿਕ ਕੰਮ 'ਚ, ਕਿਉਂਕਿ ਜੋ ਸਾਡਾ ਪ੍ਰਭੂ ਯਿਸੂ ਮਸੀਹ ਆ ਉਹਨੇ ਪ੍ਰੇਮ ਦਾ ਸਾਨੂੰ ਸਬਕ ਪੜ੍ਹਾਇਆ ਸਾਰਿਆਂ ਨੂੰ। ਅਤੇ ਅਸੀਂ ਬਾਕੀ ਦੁਆ ਕਰਦੇ ਹਾਂ ਸਾਰੇ ਸ਼ਹਿਰ ਦੇ ਲਈ, ਕਿਸਾਨ ਭਰਾਵਾਂ ਦੇ ਲਈ ਕਿ ਉਹ ਫਤਿਹ ਕਰਕੇ ਆਉਣ ਵਾਪਸ।